ਮਹਿਲਾਵਾਂ ਅਕਸਰ ਹੀ ਵੇਖਿਆ ਜਾਂਦਾ ਵਾ ਵੀ ਸਮਾਜ ਵਿੱਚ ਧੱਕੇ ਹੁੰਦੇ ਹਨ। ਅੱਜ ਇੱਕ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਵਾ, ਇੱਕ ਅਜਿਹੀ ਲੜਕੀ ਦਾ, ਇੱਕ ਅਜਿਹੀ ਬੀਬੀ ਦਾ ਜਿਸ ਨਾਲ ਉਸਦੇ ਘਰ ਵਾਲੇ ਨੂੰ ਧੱਕਾ ਕੀਤਾ ਗਿਆ ਵਾ। ਭਾਵੇਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉੱਤੇ 400 ਥਾਣੇ ਪਰਚਾ ਦਰਜ ਕੀਤਾ ਗਿਆ ਵਾ, ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਸੰਬੰਧੀ ਵਿੱਚ ਅੱਜ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੂਬਾ ਪ੍ਰਧਾਨ ਵੱਲੋਂ ਵੀ ਇੱਥੇ ਧਰਨਾ, ਥਾਣੇਗੜ੍ਹੀ ਸਦਰ ਥਾਣੇਗੜ੍ਹੀ ਧਰਨਾ ਮਾਰਿਆ ਗਿਆ ਵਾ, ਤਾਂ ਜੋ ਇਸ ਲੜਕੀ ਨੂੰ, ਬੀਬੀ ਨੂੰ ਇਨਸਾਫ ਦਿੱਤਾ ਜਾਵੇ। ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੇ ਪ੍ਰਧਾਨ ਨੇ, ਕਿਸਾਨ ਸੰਘਰਸ਼ ਕਮੇਟੀ ਦੇ ਕੀ ਨਾਂ ਆਪਣਾ ਜੀ? ਮੈਂ ਜੀ ਸਰਦਾਰ ਹਰਵਿੰਦਰਜੀਤ ਸਿੰਘ, ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਧਰਨਾ ਲਗਾਇਆ ਵਾ, ਇਨਸਾਫ ਫਤਿਹ ਲਗਾਇਆ, ਕੀ ਕਹਿਣਾ ਚਾਹੋਗੇ? ਵੇਖੋ ਜੀ, ਜਿਹੜਾ ਅੱਜ ਦਾ ਧਰਨਾ ਲੱਗਾ ਵਾ, ਇਹ ਕਾਫੀ ਦਿਨਾਂ 'ਚੋਂ ਪ੍ਰੈਸ ਰਾਹੀਂ ਵੀ ਦਿੱਤਾ, ਜਿੱਥੇ ਡਿਪਟੀ ਸਰਦਾਰ ਤਰਸੇਮ ਸੀ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਅੱਜ 1 ਵਜੇ ਤੱਕ ਜਿਹੜਾ ਵਾ ਉਹ ਬੰਦੇ ਦੀ ਅਰੈਸਟ ਪਾ ਦੇਵਾਂਗੇ, ਤੁਹਾਡਾ ਹੱਲ ਕਰ ਦੇਵਾਂਗੇ। ਪਰ ਅਸੀਂ 2 ਵਜੇ ਤੱਕ ਵੀ ਡੇਕਿਆ, ਨਾ ਇੱਥੇ ਡਿਪਟੀ ਸਾਹਿਬ ਪਹੁੰਚੇ, ਨਾ SHO ਪਹੁੰਚੇ, ਜਿਹਦਾ ਕਰਕੇ ਸਾਨੂੰ ਜਿਹੜਾ ਮਜਬੂਰੀ ਵੱਸ ਜਿਹੜਾ ਧਰਨਾ ਸਦਰ ਥਾਣੇਗੜ੍ਹੀ ਦੇਣਾ ਪਿਆ। ਅਤੇ ਸਾਡੀ ਮੰਗ ਆ ਵੀ ਜਿਹੜਾ ਬੀਬੀ ਵੱਲੋਂ ਉਹਨਾਂ 'ਤੇ ਦਾਜ ਦੇਣ ਦਾ ਪਰਚਾ ਖਰਚ ਕੀਤਾ ਗਿਆ ਵਾ ਜਾਂ ਹੋਰ ਤਰ੍ਹਾਂ ਲਾ ਕੇ ਵੀ ਇਹਦਾ ਖਰਚਾ ਵੀ ਵੱਜਾ ਵਾ, ਉਹ ਕੁਝ ਵੀ ਨਹੀਂ ਕੀਤਾ ਗਿਆ। ਇਹਦੇ ਇਨਸਾਫ ਵਜੋਂ ਅੱਜ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਆਗੂਆਂ ਵੱਲੋਂ ਇੱਥੇ ਧਰਨਾ ਦਿੱਤਾ ਗਿਆ, ਔਰ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਜਿੰਨਾ ਚਿਰ ਤੱਕ ਇਸ ਬੀਬੀ ਨੂੰ ਇਨਸਾਫ ਨਹੀਂ ਮਿਲਦਾ। ਕਿਉਂਕਿ ਜੇ ਅੱਜ ਇਹਨੂੰ ਇਨਸਾਫ ਨਹੀਂ ਮਿਲਦਾ ਤਾਂ ਇੱਕ ਇਨਸਾਨੀਅਤ ਦਾ ਘਾਣ ਆ। ਇਸ ਕਰਕੇ ਇਹ ਸਦਰ ਥਾਣੇਗੜ੍ਹੀ ਜਿਹੜਾ ਸਾਡਾ ਧਰਨਾ ਉਹ ਬਿਲਕੁਲ ਚੱਲ ਰਿਹਾ ਵਾ। ਕੀ ਉਹ ਬੰਦੇ ਦਾ ਨਾਂ, ਕਿਹੜਾ ਪਿੰਡ ਦਾ ਰਹਿਣ ਵਾਲਾ? ਵੇਖੋ ਜੀ, ਉਹਦਾ ਨਾਂ ਸੁਲੱਖਣ ਸਿੰਘ ਆ, ਪਿੰਡ ਜਿਹੜਾ ਉਹਦਾ ਤੇਜਾ ਸਿੰਘ ਵਾਲਾ ਵਾ। ਇਹ ਜਿਹੜੀ ਕੁੜੀ, ਇਹਦਾ ਪਿੰਡ ਪੱਖੋਗੇ ਆ, ਇਹਨੂੰ ਪਹਿਲਾਂ ਤੰਗ ਪਰੇਸ਼ਾਨ ਕਰਦੇ ਰਹੇ ਨਨਾਣ ਸੱਸ ਘਰ ਵਾਲਾ, ਉਸ ਤੋਂ ਬਾਅਦ ਇਹਨੂੰ ਘਰੋਂ ਕੱਢ ਦਿੱਤਾ ਗਿਆ। 2.5 ਸਾਲ ਦੀ ਇਹਦੀ ਜਿਹੜੀ ਬੇਟੀ ਆ ਉਹ ਵੀ ਆ, ਕੋਰਟ ਵੱਲੋਂ ਇਹਨਾਂ ਦਾ ਖਰਚਾ ਵੀ ਵੱਧਾ ਆਇਆ ਵਾ, ਪਰ ਨਾ ਅਜੇ 10 ਮਹੀਨੇ ਹੋ ਗਏ ਇਹਨਾਂ ਨੂੰ ਕੋਈ ਖਰਚਾ ਦਿੱਤਾ, ਅਤੇ ਨਾ ਪੁਲਿਸ ਵੱਲੋਂ ਜਿਹੜਾ 498 ਧਾਰਾ ਤਹਿਤ ਉੱਤੇ ਪਰਚਾ ਦਰਜ ਕੀਤਾ ਗਿਆ ਵਾ, ਨਾ ਅਜੇ ਤੱਕ ਉਹਦੀ ਅਰੈਸਟ ਪਾਈ ਗਈ ਆ, ਜਿਹਦਾ ਕਰਕੇ ਸਾਨੂੰ ਇਹ ਧਰਨਾ ਲਾਉਣਾ ਪਿਆ। SHO ਜਿਹੜਾ ਇੱਥੋਂ ਦਾ ਸਦਰ ਥਾਣੇ ਦਾ ਕੀ ਕਹਿੰਦਾ? ਵੇਖੋ ਜਿਹੜੇ ਇੱਥੋਂ ਦੇ SHO ਸਾਹਿਬ ਆ, 2 ਵਾਰਾਂ ਸੱਦਿਆ, ਵਿਸ਼ਵਾਸ ਦਵਾਇਆ ਵੀ 1-2 ਦਿਨ 'ਚ ਉਹਦੀ ਅਰੈਸਟ ਪਾ ਦਾਂਗੇ ਜਾਂ ਇਹਨਾਂ ਨੂੰ, ਕੁੜੀ ਨੂੰ ਉੱਥੇ ਤੋਰ ਦਾਂਗੇ ਜਾਂ ਇਹਨਾਂ ਦਾ ਕੋਈ ਕੰਪਰੋਮਾਈਜ਼ ਕਰਾ ਦਾਂਗੇ। ਪਰ ਉਹ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਸਿਆਸੀ ਦਬਾਅ ਤਹਿਤ, ਕਿਉਂਕਿ ਸਾਨੂੰ ਪਤਾ ਲੱਗਾ ਵੀ ਉੱਥੇ ਸਿਆਸਤ ਜਿਹੜੀ ਉਹ ਹੈਵੀ ਆ, ਇਸ ਕਰਕੇ ਉਹ ਸਿਆਸੀ ਦਬਾਅ ਤਹਿਤ ਜਿਹੜਾ ਵਾ ਉਹ ਪੁਲਿਸ ਜਿਹੜੀ ਕੋਈ ਕਾਰਵਾਈ ਨਹੀਂ ਕਰ ਰਹੀ, ਜਿਹਦੇ ਤੋਂ ਇਹ ਸਾਫ ਗੱਲ ਆ ਵੀ ਜੇ ਸਿਆਸੀ ਜਿਹੜੇ ਬੰਦੇ ਆ ਜਾਂ ਲੀਡਰ ਆ ਉਹ ਜੇ ਧੀਆਂ ਭੈਣਾਂ ਵਸਾਉਣ 'ਚ ਵੀ ਇਸ ਤਰ੍ਹਾਂ ਦੇ ਦਖਲ ਅੰਦਾਜ਼ੀਆਂ ਕਰਨਗੇ ਤਾਂ ਫਿਰ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਊਗਾ। ਅਸੀਂ ਇਸ ਨੂੰ ਲੰਮਾ ਸੰਘਰਸ਼ ਕਰਕੇ, ਬੇਸ਼ੱਕ ਰਾਤ ਲੱਗ ਜੇ, ਕੱਲ੍ਹ ਦਾ ਦਿਨ ਲੱਗ ਜੇ, ਕੱਲ੍ਹ ਦੀ ਰਾਤ ਲੱਗ ਜੇ, ਜਿੰਨਾ ਚਿਰ ਉਸ ਵੀਰ ਦੀ ਅਰੈਸਟ ਨਹੀਂ ਹੁੰਦੀ ਅਸੀਂ ਲਗਾਤਾਰ ਜਿਹੜਾ ਮੋਰਚਾ ਉਹ ਲਾ ਕੇ ਰੱਖਾਂਗੇ। ਭੈਣ ਜੀ ਕੀ ਕਹਿਣਾ ਚਾਹੋਗੇ, ਕੀ ਨਾਂ ਆਪਣਾ? ਸੁਖਜਿੰਦਰ ਕੌਰ। ਸੁਖਜਿੰਦਰ ਕੌਰ ਜੀ, ਕੀ ਸਾਰਾ ਮਾਮਲਾ ਹੈਗਾ ਸਾਡਾ? ਸਰ ਇਹ ਜੋ ਵੀਰ ਜੀ ਉਹਨਾਂ ਨੇ ਦੱਸਿਆ ਹੋਇਆ ਵਾ ਵੀ ਉਹਨਾਂ ਦੇ ਪਰਚਾ ਕਰਵਾਇਆ, ਪਰ ਕੋਈ ਕਾਰਵਾਈ ਨਹੀਂ ਹੋਣ ਰਹੀ ਪੁਲਿਸ ਵੱਲੋਂ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਸਾਨੂੰ ਰੋਜ਼ ਬੁਲਾ ਲੈਂਦੇ ਆ, 3 ਦਿਨ ਦਾ ਟਾਈਮ ਦੇ ਦਿੰਦੇ ਆ, ਸਾਨੂੰ ਬੁਲਾਉਂਦੇ ਆ, ਪਰ ਕੋਈ ਕਾਰਵਾਈ ਨਹੀਂ ਕਰਦੇ ਪਏ। ਕੀ ਨਾਂ ਤੁਹਾਡੇ ਘਰ ਹੁੰਦਾ ਅਤੇ ਕੀ ਕੰਮ ਕਰਦਾ ਅਤੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? ਸੁਲੱਖਣ ਸਿੰਘ ਉਹਦਾ ਨਾਂ ਵਾ ਅਤੇ ਉਹ ਜ਼ਮੀਨ ਜਾਇਦਾਦ ਮਤਲਬ ਵਾਹੀ ਕਰਦਾ ਵਾ, ਅਤੇ 8 ਸਾਲ ਮੇਰੇ ਵਿਆਹ ਨੂੰ ਹੋ ਗਏ ਆ। ਸਿਰਫ 2 ਸਾਲ ਜਿਹੜੇ ਮਤਲਬ ਵਧੀਆ ਰਹੇ, ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕੁੱਟਮਾਰ ਕਰਨੀ, ਦਾਜ ਤੋਂ ਪਰੇਸ਼ਾਨ, ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਸੀ। ਹੁਣ ਮੇਰੀ ਬੇਟੀ 7 ਸਾਲਾਂ ਬਾਅਦ ਮੇਰੀ ਗੁੜੀਆ ਹੋਈ ਆ, ਜਦੋਂ ਦੀ ਗੁੜੀਆ ਆਈ ਸਿਰਫ 6 ਮਹੀਨੇ ਦੀ ਮੇਰੀ ਗੁੜੀਆ ਸੀ ਜਦੋਂ ਦਾ ਸਾਨੂੰ ਘਰੋਂ ਕੱਢਿਆ ਹੋਇਆ ਉਹਨਾਂ ਨੇ, ਅਤੇ ਸੱਸ ਮੇਰੀ ਨੇ, ਨਨਾਣ ਮੇਰੀ ਨੇ ਸਾਨੂੰ ਘਰੋਂ ਕਢਵਾਇਆ ਹੋਇਆ ਵਾ। ਉਹ ਹੀ ਮੈਨੂੰ ਕੁੱਟਾਉਂਦੀਆਂ ਮਾਰਦੀਆਂ ਸੀ, ਕੁੱਟਮਾਰ ਕਰਵਾਉਂਦੀਆਂ ਸੀਗੀਆਂ। ਮੇਨ ਕਾਰਨ ਕੀ ਆ, ਕਿਹੜੀ ਗੱਲੋਂ ਤੁਹਾਨੂੰ ਕੁੱਟਮਾਰ ਕਰਦੇ ਜਾਂ ਕੁੜੀ ਕਰਕੇ ਕਰਦੇ ਜਾਂ ਕੋਈ ਹੋਰ? ਸਰ ਇਹ ਦਾਜ ਦੇ ਇਸ ਤੋਂ ਹੀ ਤੰਗ ਕੀਤਾ ਹੋਇਆ ਵਾ। ਤੁਸੀਂ ਕੀ ਮੰਗ ਕਰਦੇ, ਕਿਹਨੂੰ ਚਾਹੀਦਾ? ਸਰ ਉਹਨੂੰ ਅਰੈਸਟ ਪੈਣੀ ਚਾਹੀਦੀ ਆ, ਉਹਨੂੰ ਗ੍ਰਿਫਤਾਰ ਕਰਨ, ਉਹਨੂੰ ਲਿਆਉਣ, ਉਹਨੂੰ ਕੋਈ ਉੱਤੇ ਕਾਰਵਾਈ ਨਹੀਂ ਹੋਣ ਡਈ, ਕੁਝ ਨਹੀਂ ਹੋਣ ਡਿਆ, ਸਾਨੂੰ ਇਨਸਾਫ ਦਿੱਤਾ ਜਾਵੇ, ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਹਦੀ ਅਰੈਸਟ ਪਵਾਈ ਜਾਵੇ। ਤਾਂ ਇਹ ਸਨ ਜੀ ਕਿਸਾਨ ਆਗੂ ਅਤੇ ਨਾਲ ਹੀ ਜਿਹੜੀ ਭੈਣ ਜੀ ਜਿਨ੍ਹਾਂ ਨੇ ਇੱਕ ਥਾਣੇ ਵਿੱਚ ਜਿਹੜੀ ਦਰਖਾਸਤ ਦਿੱਤੀ ਆ ਵੀ ਮੈਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।